ਉਹ ਗੁੱਚੀ ਵਾਲੇ ਸੱਪਾਂ ਨੂੰ ਪਟਾਰੀ ਜੱਟ ਪਾਉਂਦਾ ਬਿੱਲੋ ਉੜੇ ਅਸਮਾਨੀ ਜਿਹੜਾ ਹੱਥ ਫੜ ਲਾਉਂਦਾ ਬਿੱਲੋ ਗੱਭਰੂ ਦੇ ਥੱਲੇ ਕਾਲੀ ਪੈਂਜ਼ ਫੇਰੇ ਭੂਸਰੀ ਨਹੀਂ ਢਾਈ ਘੰਟੇਾਂਾਂ ਚ ਚੰਡੀਗੜ੍ਹੋਂ ਦਿੱਲੀ ਲਾਉਂਦਾ ਬਿੱਲੋ ਐਸੀ ਸ਼ਖਸੀਅਤ ਮੌਜੂਦ ਹੈ ਜੋ ਪੰਜਾਬੀ ਇੰਡਸਟਰੀ ਵਿੱਚ ਪਹਿਲਾਂ ਤਾਂ ਆਪਣਾ ਗੁਣ ਵਿਖਾਈ ਚੁੱਕੀ ਹੈ ਪਰ ਹੁਣ ਇੱਕ ਨਵੀਂ ਚਮਕ ਨਾਲ ਵਾਪਸ ਆਈ ਹੈ ਜੀ ਗੱਲ ਕਰ ਰਿਹਾ ਲੀਓ ਗਰੇਵਾਲ ਜੀ ਦੀ ਬ੍ਰੇਕ ਲਿੱਤੀ ਹੈ ਤੇ ਉਨੀ ਬ੍ਰੇਕ ਨੂੰ ਪੂਰਾ ਯੂਟਿਲਾਈਜ਼ ਕਰਕੇ ਐਲਬਮ ਵੀ ਤਿਆਰ ਕੀਤੀ ਹੈ গোল্ডেন টাইম পিরিয়ড कह लो या दौर कह लो तो ਤੁਹਾਨੂੰ ਤੁਸੀਂ ਮੰਨਦੇ ਹੋ ਕਿ ਸਿੰਗਰਸ ਦਾ ਵੀ ਇੱਕ ਦੌਰ ਇੱਕ ਟਾਈਮ ਪੀਰੀਅਡ ਹੁੰਦਾ ਹੈ গোল্ডেন ਟਾਈਮ ਪੀਰੀਅਡ ਹੁੰਦਾ ਹੈ ਟਾਈਮ ਜਦੋਂ ਬੰਦੇ ਦਾ ਠੰਡਾ ਪੈ ਜਾਂਦਾ ਉਹ ਹੋ ਜੇ ਮੈਨੂੰ ਲੱਗਦਾ ਰੱਬ ਉਹਨੂੰ ਫੇਰ ਟਾਈਮ ਦਿੰਦਾ ਵੀ ਆਪਣੇ ਆਪ ਨੂੰ ਦੁਬਾਰਾ ਰੀਇਨਵੈਂਟ ਕਰੇ ਜੀ ਸੋਸ਼ਲ ਮੀਡੀਆ ਦੇ ਦੇਖਿਆ ਤੁਸੀਂ ਆਪ ਦਾ ਜਦੋਂ ਪੋਸਟ ਪਾਇਆ ਤਾਂ ਹਨੀ ਸਿੰਘ ਜੀ ਨੇ ਵੀ ਸ਼ੇਅਰ ਕੀਤਾ ਤੇ ਤੁਸੀਂ ਉਹਨਾਂ ਨਾਲ ਡੈਬਿਊ ਕੀਤਾ ਸੀ ਤਾਂ ਤੁਹਾਨੂੰ ਨਹੀਂ ਲੱਗਦਾ ਹੁਣ ਹਨੀ ਸਿੰਘ ਵੀ ਥੋੜਾ ਜਆ ਮਤਲਬ ਲਾਈਮਲਾਈਟ 'ਚ ਨਹੀਂ ਹੈ ਜ਼ਰੂਰੀ ਨਹੀਂ ਵੀ ਆਰਟਿਸਟ ਵੀ ਇੱਧਰ ਲਾਈਫ ਕਿਸੇ ਜੀ ਨਾ ਜੂਝ ਵੀ ਰਿਹਾ ਹੋਵੇ ਤੇ ਉਹ ਗਾਣੇ ਵੀ ਰੋਜ਼ ਕੱਢੇ ਅਗਰ ਕੋਈ 90s ਦਾ ਕੋਈ ਪੁਰਾਣਾ ਗਾਣਾ ਤੁਸੀਂ ਸੁਣਾਉਣਾ ਚਾਹੋ ਹਿੰਦੀ ਦੇ ਵਿੱਚ ਜਾਂ ਕੋਈ ਵੀ ਆਪਦੀ ਚੋਇਸ ਦਾ ਦੇਖ ਲਓ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਫੈਕਟ ਨਿਊਜ਼ ਬਾਲੀਵੁੱਡ ਚਿੰਗਾਰੀ ਤੇ ਮੈਂ ਹਾਂ ਜਸਵੀਰ ਅਕਸਰ ਪੰਜਾਬੀ ਇੰਡਸਟਰੀ ਦੇ ਵਿੱਚ ਨਵੇਂ-ਨਵੇਂ ਚਿਹਰੇ ਵੇਖਣ ਨੂੰ ਮਿਲਦੇ ਨੇ ਤੇ ਨਵਾਂ ਟੈਲੈਂਟ ਵੇਖਣ ਨੂੰ ਮਿਲਦਾ ਹੈ ਤੇ ਅੱਜ ਸਾਡੇ ਨਾਲ ਇੱਕ ਐਸੀ ਸ਼ਖਸੀਅਤ ਮੌਜੂਦ ਹੈ ਜੋ ਪੰਜਾਬੀ ਇੰਡਸਟਰੀ ਵਿੱਚ ਪਹਿਲਾਂ ਤਾਂ ਆਪਦਾ ਗੁਣ ਵਿਖਾਈ ਚੁੱਕੀ ਹੈ ਪਰ ਹੁਣ ਇੱਕ ਨਵੀਂ ਚਮਕ ਨਾਲ ਵਾਪਸ ਆਈ ਹੈ ਜੀ ਗੱਲ ਕਰ ਰਿਹਾ ਲੀਓ ਗਰੇਵਾਲ ਜੀ ਦੀ ਇਹਨਾਂ ਦਾ ਗਾਣਾ ਆਇਆ ਗੁੱਟੀ ਸਨੇਕਸ ਤੇ ਪਹਿਲੇ ਦਿਨ ਹੀ 1 ਮਿਲੀਅਨ ਕ੍ਰੋਸ ਕਰ ਗਿਆ ਗੱਲਬਾਤ ਕਰਦੇ ਹਾਂ ਨਾਲ ਸਤਿ ਸ਼੍ਰੀ ਅਕਾਲ ਸਰ ਕੰਗratulations ਸਤਿ ਸ਼੍ਰੀ ਅਕਾਲ ਮੈਮ ਸੋ ਤੁਸੀਂ ਆਪ ਦਾ ਡੈਬਿਊ ਹਨੀ ਸਿੰਘ ਜੀ ਨਾਲ ਕੀਤਾ ਸੀ ਸੋ ਹੁਣ ਇੰਨਾ ਲੰਬਾ ਸਮਾਂ ਕਿਉਂ ਤੁਸੀਂ ਆਈ ਥਿੰਕ 9 ਸਾਲ ਪਹਿਲਾਂ ਤੁਸੀਂ ਕੀਤਾ ਸੀ ਉਹ ਗਾਣਾ ਤੇ ਇੰਨਾ ਲੰਬਾ ਸਮਾਂ ਕਿਉਂ ਪਾਇਆ ਵਿੱਚ ਨਹੀਂ ਮੇਰਾ ਐਕਚੁਅਲ 'ਚ ਜੋ ਤੁਸੀਂ ਲਾ ਲੋ ਉਸ ਤੋਂ ਬਾਅਦ ਵੀ ਟਰੈਕਸ ਆਂਦੇ ਰਹੇ ਬਸ ਮੇਰਾ 3 ਸਾਲ ਦਾ ਜ਼ਰੂਰ ਗੈਪ ਹੋ ਗਿਆ ਮੈਂ ਇਸ ਗੈਪ 'ਚ ਆਪਣੇ ਆਪ ਤੇ ਹੀ ਕੰਮ ਕੀਤਾ ਆਪਣੇ ਲਿਰਿਕਲੀ ਲਾ ਲੋ ਵੀ ਆਪ ਦੇ ਆਪ ਨੂੰ ਹੋਰ ਸ਼ਿੰਗਾਰਨ ਦੀ ਕੋਸ਼ਿਸ਼ ਕੀਤੀ ਆ 뮤ਜ਼ਿਕਲੀ ਤੇ ਇੱਕ ਬ੍ਰੇਕ ਲਿੱਤੀ ਆ ਤੇ ਉਨੀ ਬ੍ਰੇਕ ਨੂੰ ਪੂਰਾ ਯੂਟਿਲਾਈਜ਼ ਕਰਕੇ ਐਲਬਮ ਵੀ ਤਿਆਰ ਕੀਤੀ ਹੈ ਹੁਣ ਇਸ ਤੋਂ ਬਾਅਦ ਇਸ ਟਰੈਕ ਤੋਂ ਬਾਅਦ ਐਲਬਮ ਵੀ ਤਿਆਰ ਆ ਅ ਸਰ ਤੁਸੀਂ ਜਿਵੇਂ ਤੁਹਾਡਾ ਪਹਿਲਾ ਦਿਨ ਹੀ ਪਹਿਲੇ ਦਿਨ 1 ਮਿਲੀਅਨ ਕ੍ਰਾਸ ਕਰ ਗਿਆ ਤਾਂ ਐਕਸਪੈਕਟੇਸ਼ਨ ਸੀ ਗਾਣੇ ਤੋਂ ਜਾਂ ਜ਼ਿਆਦਾ ਸੀ ਜਾਂ ਘੱਟ ਸੀ ਮਤਲਬ ਅਨਐਕਸਪੈਕਟਿਡ ਤਾਂ ਨਹੀਂ ਸੀ ਕੁਝ ਅਨਐਕਸਪੈਕਟਿਡ ਤਾਂ ਨਹੀਂ ਸੀ मैम ਕਿਉਂਕਿ ਨਾ ਮੈਨੂੰ 3 ਸਾਲ ਦੇ ਗੈਪ ਦੇ ਵਿੱਚ ਵੀ ਰੋਜ਼ ਫੈਨਸ ਦੇ ਮੈਸੇजेस ਆਉਂਦੇ ਰਹੇ ਫੇਸਬੁੱਕ ਤੇ ਇੰਸਟਾਗ੍ਰam ਤੇ ਤੇ ਬਹੁਤ ਪੇਸ਼ੀਐਂਟਲੀ ਮੈਂ ਸਗੋਂ ਇਨਾ ਬlesd ਆ ਵੀ ਫੈਨਸ ਨੇ ਇੰਨੀ ਪੇਸ਼ੈਂਸ ਰੱਖੀ ਤੇ ਗਾਣਾ ਆਂਦੇ ਹੀ ਉਹਨਾਂ ਨੇ ਪਿਆਰ ਵੀ ਬਹੁਤ ਦਿੱਤਾ ਫਿਰ ਹਾਂਜੀ ਹਾਂਜੀ ਅ ਤੁਹਾਡੀ ਸਟਰਗਲ ਬਾਰੇ ਗੱਲ ਕਰੀ ਤਾਂ ਕਿਦਾਂ ਦਾ ਰਿਹਾ ਤੁਹਾਡਾ ਸਟਰਗਲ ਬਿਕਾਉਜ਼ ਤੁਸੀਂ ਕਿਹਾ ਕਿ 3 ਸਾਲ ਬਾਅਦ ਤੁਸੀਂ ਆ ਹੋਣਾ ਕੀਤਾ ਗਾਣਾ ਤਾਂ ਕਿਹੋ ਜਿਹਾ ਇਹ ਟਾਈਮ ਪੀਰੀਅਡ ਰਿਹਾ ਤੁਹਾਡੇ ਲਈ ਮੈਮ ਸਟਰਗਲ ਤਾਂ ਨਹੀਂ ਮੈਂ ਮੰਨਦਾ ਮੈਂ ਹਰ ਇੱਕ ਮੂਮੈਂਟ ਇੰਜੋਏ ਕਰਦਾ ਲਾਈਫ ਦੀ ਸਿੱਖਦਾ ਹਾਂ ਲਾਈਫ ਚ ਉਤਾਰ ਚੜਾ ਹੁੰਦੇ ਰਹਿੰਦੇ ਪਰ ਮੈਂ ਉਹਨੂੰ ਸਟਰਗਲ ਨਹੀਂ ਮੰਨਦਾ ਮੈਂ ਮੰਨਦਾ ਵੀ ਉਹ ਲਾਈਫ ਦਾ ਇੱਕ ਹਿੱਸਾ enjoy ਕਰਨਾ ਚਾਹੀਦਾ ਪੋਜ਼ਿਟਿਵ ਅਪਰੋਚ ਲੈ ਕੇ ਚੱਲੋ ਤੇ ਆਪਣੇ ਕੰਮ ਨੂੰ ਕਰੋ ਜੋ ਤੁਹਾਨੂੰ ਕਿਰਤ ਕਮਾਈਆਂ ਜੇ ਤੁਸੀਂ ਕਰਨੀਆਂ ਜਿਹੜੀ ਚੀਜ਼ ਤੋਂ ਉਹ ਸਿੱਖੋ ਉਹਦੇ ਤੇ ਹੋਰ ਪਰਪੱਕ ਹੋਣ ਲਈ ਤੁਸੀਂ ਉਹਨੂੰ ਪੜੋ 뮤ਜ਼ਿਕ ਹੋ ਗਿਆ ਚਾਹੇ ਲਿਰਿਕਸ ਹੋ ਗੇ ਚੰਗਾ ਸੁਣੋ ਤੇ ਜ਼ਿਆਦਾ ਸੁਣੋ ਅ ਸਰ ਜਿਵੇਂ ਐਕਟਰਸ ਦਾ ਹੁੰਦਾ ਇੱਕ ਗੋਲਡਨ ਟਾਈਮ ਪੀਰੀਅਡ ਕਹਿ ਲਓ ਜਾਂ ਦੌਰ ਕਹਿ ਲਓ ਤਾਂ ਤੁਹਾਨੂੰ ਤੁਸੀਂ ਮੰਨਦੇ ਹੋ ਕਿ ਸਿੰਗਰਸ ਦਾ ਵੀ ਇੱਕ ਦੌਰ ਇੱਕ ਟਾਈਮ ਪੀਰੀਅਡ ਹੁੰਦਾ ਗੋਲਡਨ ਟਾਈਮ ਪੀਰੀਅਡ ਹੁੰਦਾ ਮੈਮ ਇਹ ਸਾਰਿਆਂ ਤੇ ਅਪਲਾਈ ਹੁੰਦਾ 골ਡਨ ਟਾਈਮ ਤੁਸੀਂ ਇਹ ਲਾ ਲਓ ਵੀ ਜਦੋਂ ਤੁਹਾਡੇ ਤੇ ਕਿਸੇ ਇੱਕ ਨਾ ਬਲੇਸਿੰਗ ਹੁੰਦੀ ਹੈ ਉਹ ਲਾ ਲਓ ਵੀ ਜਦੋਂ ਰੱਬ ਨੇ ਕਿਸੇ ਤੇ ਕਰਤੀ ਤਾਂ ਉੱਥੋਂ ਹੀ ਟਾਈਮ ਸਟਾਰਟ ਹੋ ਜਾਂਦਾ ਤੇ ਜਦੋਂ ਤੁਸੀਂ ਲਾ ਲਓ ਵੀ ਆਪਾਂ ਇਹ ਮੰਨਦੇ ਵੀ ਵੀ ਟਾਈਮ ਜਦੋਂ ਬੰਦੇ ਦਾ ਠੰਡਾ ਪੈ ਜੇ ਜਾਂ ਉਹ ਹੋ ਜੇ ਮੈਨੂੰ ਲੱਗਦਾ ਰੱਬ ਉਹਨੂੰ ਫੇਰ ਟਾਈਮ ਦਿੰਦਾ ਵੀ ਆਪਣੇ ਆਪ ਨੂੰ ਦੁਬਾਰਾ ਰੀਇਨਵੈਂਟ ਕਰੇ ਤੇ ਫੇਰ ਕੁਝ ਨਵਾਂ ਸਿੱਖੇ ਜਾਂ ਜੋ ਸਿੱਖਿਆ ਹੋਇਆ ਉਹਦੇ ਵਿੱਚ ਫੇਰ ਬਦਲਾਅ ਕਰੇ ਕਈ ਚੀਜ਼ਾਂ ਭੁੱਲਣੀਆਂ ਵੀ ਬਹੁਤ ਜ਼ਰੂਰੀ ਨੇ ਪੁਰਾਣੀਆਂ ਚੀਜ਼ਾਂ ਅਨਲਰਨ ਕਰਕੇ ਨਵੀਆਂ ਚੀਜ਼ਾਂ ਸਿੱਖਣੀਆਂ ਜ਼ਰੂਰੀ ਨੇ ਤਾਂ ਮੈਨੂੰ ਲੱਗਦਾ ਉਹ ਟਾਈਮ ਹੁੰਦਾ ਉਹ ਫੇਰ ਆ ਜਾਂਦਾ ਮਤਲਬ ਇਹ ਪਰ ਬlesing ਹੁੰਦੀ ਆ ਅਸੀਂ ਸੋਸ਼ਲ ਮੀਡੀਆ 'ਤੇ ਦੇਖਿਆ ਤੁਸੀਂ ਆਪ ਦਾ ਜਿਹੜਾ ਪੋਸਟ ਆਪ ਆਇਆ ਤਾਂ ਹਨੀ ਸਿੰਘ ਜੀ ਨੇ ਵੀ ਸ਼ੇਅਰ ਕੀਤਾ ਤੇ ਤੁਸੀਂ ਉਹਨਾਂ ਨਾਲ ਡੈਬਿਊ ਕੀਤਾ ਸੀ ਤਾਂ ਤੁਹਾਨੂੰ ਨਹੀਂ ਲੱਗਦਾ ਹੁਣ ਹਨੀ ਸਿੰਘ ਵੀ ਥੋੜਾ ਜਿਹਾ ਮਤਲਬ ਲਾਈਮਲਾਈਟ 'ਚ ਨਹੀਂ ਹੈ ਤੇ ਥੋੜਾ ਯੂਥ ਵੀ ਉਹਨਾਂ ਨੂੰ ਹੁਣ ਮਿਸ ਕਰ ਰਿਹਾ ਬਿਕੋਜ਼ ਆਪ ਦਾ ਅਗਰ ਉਹਨਾਂ ਦਾ ਟਾਈਮ ਪੀਰੀਅਡ ਦੀ ਗੱਲ ਕਰੀਏ ਤਾਂ ਬਹੁਤ ਜ਼ਿਆਦਾ ਉਹਨਾਂ ਦਾ ਨਾਮ ਹੈ ਹੁਣ ਵੀ ਹੈ ਨਾ ਬਟ ਥੋੜਾ ਜਿਹਾ ਹੁਣ ਮਿਸ ਕਰਦਾ ਜਾ ਨਹੀਂ ਮੈਮ ਐਕਚੁਅਲ ਜਿਵੇਂ ਇਸ ਤਾ ਨਹੀਂ ਕਰ ਰਿਹਾ ਹੁਣ ਵੀ ਉਹ ਮੈਨੂੰ ਲੱਗਦਾ ਬੈਕ ਟੂ ਬੈਕ ਉਹਨਾਂ ਨੇ ਵੀ ਗਾਣੇ ਕੱਢਨੇ ਸਟਾਰਟ ਕੀਤੇ ਹੋਇਆ ਤੇ ਉਹਨਾਂ ਨੂੰ ਪੂਰਾ ਹੰਗਾਰਾ ਮਿਲ ਰਿਹਾ ਤੇ ਟਾਈਮ ਮੈਮ ਐਕਚੁਅਲ ਚ ਹਰ ਕਿਸੇ ਨੂੰ ਇੱਕ ਪਰਸਨਲ ਟਾਈਮ ਵੀ ਚਾਹੀਦਾ ਹੁੰਦਾ ਸਪੋਜ਼ ਕਰੋ ਬੰਦਾ ਕਿਸੇ ਚੀਜ਼ ਤੋਂ ਜੇ ਆਪ ਜੂਝ ਰਿਹਾ ਹੋਵੇ ਲਾਈਫ ਚ ਕਿਸੇ ਵੀ ਚੀਜ਼ ਤੋਂ ਤਾਂ ਇਹ ਜ਼ਰੂਰੀ ਨਹੀਂ ਵੀ ਆਰਟਿਸਟ ਵੀ ਇਧਰ ਲਾਈਫ ਚ ਕਿਸੇ ਜੀ ਨਾਲ ਜੂਝ ਵੀ ਰਿਹਾ ਹੋਵੇ ਤੇ ਉਹ ਗਾਣੇ ਵੀ ਰੋਜ਼ ਕੱਢੇ ਤੇ ਹੋ ਜਾਂਦਾ ਮਤਲਬ ਇਹ ਬੜਾ ਨਾਰਮਲ ਆ ਵੀ ਪਰ ਲੱਗੇ ਰਹਿਣਾ ਬਹੁਤ ਜ਼ਰੂਰੀ ਹੈ ਲੱਗੇ ਹੋਏ ਨੇ ਭਾਜੀ ਵੀ ਤੇ ਉਹਨਾਂ ਨੇ ਮੈਨੂੰ ਤੁਸੀਂ ਡੈਬਿਊ ਕੀਤਾ ਤੇ ਕੀ ਸਾਨੂੰ ਤੁਹਾਡੀ ਨੈਕਸਟ ਐਲਬਮ ਵਿੱਚ ਤੁਹਾਡਾ ਦੋਨਾਂ ਦੀ ਜੋੜੀ ਫੇਰ ਦੇਖਣ ਨੂੰ ਮਿਲੇਗੀ ਗੋਡ ਨੋਜ਼ ਮੈਮ ਪਰ ਹੋ ਸਕਦਾ ਕੁਝ ਵੀ ਹੋ ਸਕਦਾ ਸੋ ਪਰਸਨਲੀ ਤੁਹਾਨੂੰ ਕਿਸ ਤਰ੍ਹਾਂ ਦੇ ਸੌਂਗਸ ਪਸੰਦ ਆ ਬਿਕੋਜ਼ ਇਹ ਥੋੜਾ ਜਿਹਾ ਪੌਪ ਸਲੋ ਮਤਲਬ ਅਲੱਗ ਜਿਹਾ ਟਵਿਸਟ ਹੈ ਜੀ ਮੈਮ ਮੈਨੂੰ ਸਾਰੇ ਤਰੀਕੇ ਦਾ 뮤ਜ਼ਿਕ ਪਸੰਦ ਆ ਮੈਂ ਆਪਦੇ ਆਪ ਨੂੰ ਕੋਈ ਦਾਇਰੇ ਚ ਨਹੀਂ ਬੰਨੇ ਮੈਨੂੰ ਮੈਂ ਆਹੀ ਸੁਣਨਾ ਜਾ ਮੈਂ ਸਿਰ ਵਿਦਾਂਤ ਦੇ ਹੀ ਗਾਣੇ ਸੁਣਨੇ ਆ ਮੈਂ ਕਿਉਂਕਿ ਮੈਂ ਮੈਨੂੰ ਆਰਟ ਪਸੰਦਾ 뮤ਜ਼ਿਕ ਪਸੰਦਾ ਮੈਂ ਸਾਰਾ ਕੁਝ ਸੁਣਨਾ ਜੇ ਮੈਨੂੰ ਕੋਈ ਗਜ਼ਲ ਪਸੰਦਾ ਮੈਂ ਗਜ਼ਲ ਵੀ ਸੁਣ ਲੈਣਾ ਕਿਉਂਕਿ ਮੈਨੂੰ ਉਹਦੇ ਚੋਂ ਵੀ ਸਿੱਖਣ ਨੂੰ ਕੁਝ ਨਾ ਕੁਝ ਮਿਲਦਾ ਹੀ ਹੈ ਚਲੋ ਐਸ ਤੇ ਫਿਰ ਇੱਕ ਗਜ਼ਲ ਵੀ ਸੁਣਾ ਦਿਓ ਹੰਤਾ ਚਲੋ ਗਜ਼ਲ ਤਾਂ ਫਿਲਹਾਲ ਤਾਂ ਮੈਂ ਇੰਨਾ ਵਧੀਆ ਨਹੀਂ ਗਾਉਂਦਾ ਮੈਂ ਗਜ਼ਲ ਗਾਦਾ ਪਰ ਹਾਂਜੀ ਮੈਂ ਸੁਣਦਾ ਜ਼ਰੂਰ ਆ ਮੈਂ ਹਰ ਤਰੀਕੇ ਦਾ 뮤ਜ਼ਿਕ ਸੁਣਦਾ ਮੈਨੂੰ ਵਧੀਆ ਲੱਗਦਾ ਤਾਂ ਅਗਰ 90s ਦੀ ਗੱਲ ਕਰੀਏ ਤਾਂ ਕੋਈ ਅਸੀਂ ਜਿਵੇਂ ਪੰਜਾਬੀ ਹੈ ਅਗਰ ਕੋਈ 90s ਦਾ ਕੋਈ ਪੁਰਾਣਾ ਗਾਣਾ ਤੁਸੀਂ ਸੁਣਾਣਾ ਚ ਯਾ ਕੋਈ ਵੀ ਆਪਦੀ ਚੋਇਸ ਦਾ ਦੇਖ ਲਓ ਫਿਲਹਾਲ ਤਾ ਨਹੀਂ ਪਰ ਮੈਂ ਉਹ ਦੱਸਦਾ ਵੀ 90s ਦੇ ਦੌਰ ਦਾ 뮤직 ਮੈਨੂੰ ਬੜਾ ਪਸੰਦ ਆ ਚਾਹੇ ਉਹ ਪੰਜਾਬੀ 뮤직 ਲਾ ਲਓ ਚਾਹੇ ਉਹ ਬਾਲੀਵੁੱਡ ਦਾ ਲਾ ਲਓ ਤੇ ਉਹ ਐਵੇਂ ਦਿਲਚਸਕਰ ਕਰਨ ਵਾਲਾ 뮤직 ਆ ਮਤਲਬ ਵੀ ਬੜੀ ਉਹ ਮਾਈਂਡ 'ਚ ਰਜਿਸਟਰ ਹੋ ਜਾਂਦਾ ਸੀ ਐਕਚੁਅਲ 'ਚ ਇਹ ਨਹੀਂ ਵੀ ਅੱਜ ਦੀ ਰੇਟ 'ਚ 뮤직 ਚੰਗਾ ਨਹੀਂ ਆ ਰਿਹਾ ਅੱਜ ਕੱਲ ਕੰਟੈਂਟ ਦਾ ਓਵਰਫਲੋ ਜ਼ਿਆਦਾ ਹੋਣ ਕਰਕੇ ਮਾਈਂਡ ਰਜਿਸਟਰ ਨਹੀਂ ਬੰਦਾ ਕਰ ਸਕਦਾ ਵਧੀਆ ਗਾਣੇ ਵੀ ਕਈ ਵਾਰ ਐਂ ਲੰਗ ਜਾਂਦੇ ਆ ਅੱਜ ਦੇ ਟਾਈਮ 'ਚ ਕਿਉਂਕਿ ਰੀਲਸ ਬਣਦੀਆਂ ਨੇ ਸਾਰਾ ਕੁਝ ਆ ਤੇ ਉਦੋਂ ਦੇ ਗਾਣੇ ਆਪਾਂ ਨੂੰ ਟਾਈਮ ਮਿਲ ਜਾਂਦਾ ਸੀ ਵੀ ਚਲੋ ਇੱਕ ਮੂਵੀ ਆਈ ਹੁਣ ਸਾਲ ਬਾਝਾ ਇੱਕ ਕੈਸਟ ਆਈ ਹੁਣ ਸਿੰਗਰ ਸਾਲ ਬਾਅਦ ਕੱਢੂਗਾ ਤਾਂ ਆਪਾਂ ਉਹ ਕੈਸਟ ਨੂੰ ਪੂਰੀ ਰੀਜ ਲਾ ਕੇ ਸੁਣਦੇ ਸੀਗੇ ਤਾਂ ਤੇ ਉਹ ਮਾਈਂਡ 'ਚ ਆਪਣੇ ਰਜਿਸਟਰ ਹੋਈਆਂ ਵੀਆਂ ਨੇ ਜੇ ਵੀ ਤੁਸੀਂ ਵੀ 90s ਕਿੱਡ ਹੋਣਾ ਤੁਹਾਨੂੰ ਵੀ ਆਉਣਾ ਵੀ ਉਹ ਕੱਲਾ ਕੱਲਾ ਆਪਾਂ ਨੂੰ ਯਾਦ ਰਹਿੰਦਾ ਤੇ 90s ਦਾ 뮤직 ਬਹੁਤ ਵਧੀਆ ਸੀਗਾ ਚਲੋ ਮਿਊਜ਼ਿਕ ਦੀ ਗੱਲ ਹੋਈ ਏ ਪਰ ਤੁਹਾਡੇ ਤੋਂ ਬਿਨਾ ਗਵਾਹੇ ਦਾ ਤੁਹਾਨੂੰ ਜਾਣ ਨਹੀਂ ਦੇਣਾ ਤਾਂ ਤੁਸੀਂ ਆਪਦਾ ਗਾਣਾ ਗਾ ਦਿਓ ਹਣ ਮੈਂ ਗਾ ਦਿੰਨਾ ਮੈਮ ਹੋ ਗੁੱਚੀ ਵਾਲੇ ਸੱਪਾਂ ਨੂੰ ਪਟਾਰੀ ਜੱਟ ਪਾਉਂਦਾ ਬਿੱਲੋ ਉੜੇ ਅਸਮਾਨੀ ਜਿਹੜਾ ਹੱਥ ਫੜ ਲਾਉਂਦਾ ਬਿੱਲੋ ਗੱਬਰੂ ਦੇ ਥੱਲੇ ਕਾਲੀ ਬੈਂਜ਼ ਫਿਰੇ ਭੂਸਰੀ ਨਹੀਂ ਢਾਈ ਘੰਟੇਾਂ ਅੰਚ ਚੰਡੀਗੜੋਂ ਦਿੱਲੀ ਲਾਉਂਦਾ ਬਿੱਲੋ ਵੈਰੀ ਨਾਈਸ ਸਰ ਸੋ ਕੋਈ ਅਪਕਮਿੰਗ ਪ੍ਰੋਜੈਕਟਸ ਬਾਰੇ ਤੁਹਾਡਾ ਹੁਣ ਕੱਲ ਹੀ ਆਇਆ ਗਾਣਾ ਤਾਂ ਬਟ on ਅਪਕਮਿੰਗ ਪ੍ਰੋਜੈਕਟਸ ਵੀ ਦੱਸ ਦੋ ਕਿ ਬਿਕੋਜ਼ ਪਹਿਲਾ 1 ਮਿਲੀਅਨ ਕ੍ਰੋਸ ਕਰ ਗਿਆ ਤਾਂ ਹੁਣ ਫੈਨਸ ਨੂੰ ਹੋਰ ਵੇਟ ਵੀ ਹੋਏਗਾ ਸਭ ਤੋਂ ਪਹਿਲਾਂ ਤਾਂ ਥੈਂਕਸ ਜਿਹੜਾ ਫੈਨਸ ਦਾ ਉਹਨਾਂ ਨੇ ਵੇਟ ਕੀਤੀ ਇੰਨਾ ਤੇ ਇੰਨਾ ਹੰਗਾਰਾ ਦਿੱਤਾ ਦੂਜਾ ਥੈਂਕਫੁਲ ਮੈਂ ਹੋਊਂਗਾ ਆਪਣਾ ਸਵਰਨ ਸਿੰਘ ਸੰਧੂ ਭਾਜੀ ਦਾ ਤੇ ਸਟਾਰ ਕ੍ਰਿਊ ਪੰਜਾਬੀ ਦਾ ਜਿਨ੍ਹਾਂ ਨੇ ਫੇਥ ਦਿਖਾਈ ਇਸ ਪ੍ਰੋਜੈਕਟ ਤੇ ਤੇ ਅੱਗੇ ਵਾਸਤੇ ਹੁਣ ਮੇਰੀ ਇੱਕ ਐਲਬਮ ਤਿਆਰ ਹੈ ਐਲਬਮ ਸ਼ਾਇਦ ਦੋ ਹਿੱਸਿਆਂ ਚ ਆਵੇ ਤੇ ਹੁਣ ਬੈਕ ਟੂ ਬੈਕ ਹੁਣ ਗੈਪ ਨਹੀਂ ਪਾਣ ਦਿੰਦੇ ਸੋ ਤੁਸੀਂ ਪੰਜਾਬੀ ਇੰਡਸਟਰੀ ਵਿੱਚ ਪਹਿਲਾਂ ਵੀ ਕੰਮ ਕੀਤਾ ਹੈ ਹੁਣ ਵੀ ਕਿਤੇ ਬਾਲੀਵੁੱਡ ਦਾ ਨਹੀਂ ਸਰ ਟਰਾਈ ਕੀਤਾ ਮੈਮ ਐਕਚੁਅਲ ਮੇਰਾ ਗਾਣਾ ਬਾਲੀਵੁੱਡ ਚ ਵੀ ਆਇਆ ਆਪਣਾ ਮਰ ਜਾਵਾ ਮੂਵੀ ਆਈ ਹੈ ਪਿੱਛੇ ਜੇ ਤੇ ਉਹਦੇ ਚ ਮੈਂ ਹੀ ਗਾਣਾ ਲਿਖ ਕੇ ਦਿੱਤਾ ਜਿਹੜਾ ਅਸੀਂ ਗੱਪੀਉਂ ਡਟਕੇ ਹਣੀ ਭਾਜੀ ਨੂੰ ਮੈਂ ਹੀ ਲਿਖ ਕੇ ਦਿੱਤਾ ਜੀ ਹਾਂਜੀ ਹਾਂਜੀ ਅ ਹੋਰ ਸਰ ਤੁਸੀਂ ਕੀ ਵੇਖ ਮਤਲਬ ਕੋਈ ਹੋਰ ਇਨੋਵੇਸ਼ਨ ਤੁਸੀਂ ਕਰਨਾ ਚਾਹੋਗੇ ਬਿਕੋਜ਼ ਆਪਾਂ ਦੇਖਦੇ ਆ ਕਿ ਅੱਜਕੱਲ ਗਨ ਕਲਚਰ ਦੇ ਗਾਣੇ ਜੋ ਜ਼ਿਆਦਾ ਯੂਥ ਪਸੰਦ ਕਰ ਰਹੀ ਹੈ ਬਟ ਹੁਣ ਤਾਂ ਸਰਕਾਰ ਨੇ ਵੀ ਗਨ ਕਲਚਰ ਦੇ ਗਾਣੇ ਤੇ ਬੈਨ ਲਾ ਦਿੱਤਾ ਹੈ ਪਰ ਤੁਹਾਨੂੰ ਲੱਗਦਾ ਹੈ ਕਿ ਇੰਡਸਟਰੀ ਬਿਨਾ ਗਨ ਕਲਚਰ ਦੇ ਗਾਣੇ ਤੋਂ ਉੱਪਰ ਉੱਠ ਸਕਦੀ ਹੈ ਬਿਕੋਜ਼ ਅੱਜਕੱਲ ਸਿਰਫ ਗਨ ਕਲਚਰ ਦੇ ਹੀ ਗਾਣੇ ਚੱਲ ਰਿਹਾ ਹੈ ਟੱਕਰ ਟਾਈਪਸ ਐਂਡ ਉਸ ਤਰ੍ਹਾਂ ਦੇ ਤੇ ਸਲੋ 뮤직 ਇੱਕ ਕਹਿ ਲਓ ਕਿ ਇੱਕ ਜੋ ਪਿਓਰ ਕਲਾ ਹੈ ਉਹ ਥੋੜੀ ਖੋਨਦੀ ਜਾ ਰਹੀ ਹੈ ਨਹੀਂ ਮੈਮ ਸਾਰੇ ਸਾਰੇ ਚੀਜ਼ਾਂ ਸੁਣਦੇ ਆ ਲੋਕੇ ਸਾਰੀਆਂ ਚੀਜ਼ਾਂ ਵਧੀਆ ਚੀਜ਼ਾਂ ਵੀ ਸੁਣਦੇ ਆ ਦੇਖੋ ਇੱਕ ਸਬਜੈਕਟ ਆ ਮੈਮ ਇਹ ਲਾਲੋਵੀ ਗਨ ਕਲਚਰ ਤੇ ਕਈ ਵਾਰ ਪਤਾ ਕੀ ਹੁੰਦਾ ਇੰਡਸਟਰੀ ਦੇ ਪ੍ਰੈਸ਼ਰ ਬਣ ਜਾਂਦਾ ਵੀ ਜੇ ਆ ਚੀਜ਼ੇ ਸੁਪੋਜ਼ ਕਰੋ ਮੈਂ ਮੇਰਾ ਬ੍ਰੇਕਅਪ ਪਾਰਟੀ ਹਿੱਟ ਹੋ ਗਿਆ ਤੇ ਮਲੇ ਇਤਰਾਜ਼ ਦੀ ਆ ਇੱਕ ਇੰਡਸਟਰੀ ਦੀ ਕਈ ਵਾਰੀ ਹੋ ਜਾਂਦਾ ਵੀ ਆਰਟਿਸਟ ਤੇ ਨਾ ਇੱਕ ਪ੍ਰੈਸ਼ਰ ਪੈ ਜਾਂਦਾ ਕਿ ਜਿਹੜੀ ਚੀਜ਼ ਚੱਲ ਗਈ ਯਾਰ ਇਹਨੂੰ ਦੁਬਾਰਾ ਕਰੋ ਇਹ ਨਹੀਂ ਹੁਣ ਵੀ ਤੁਸੀਂ ਗਨ ਕਲਚਰ ਦੇ ਵੀ ਸਾਰੇ ਗਾਣੇ ਕੱਢ ਕੇ ਦੇਖ ਲਓ ਸਾਰੇ ਹਿੱਟ ਨਹੀਂ ਹੈਗੇ ਹੁਣੇ ਇੱਕਾਦੁੱਕਾ ਹੀ ਹਿੱਟ ਨੇ ਉਹ ਆਪਾਂ ਗੱਲ ਚੱਕ ਲੈਂਦਾ ਬੰਦਾ ਵੀ ਹੁਣ ਕਿਉਂਕਿ ਪ੍ਰੈਸ਼ਰ ਬਣ ਗਿਆ ਲੋਕਾਂ ਦੇ ਵੀ ਯਾਰ ਇੱਕ ਹਿੱਟ ਹੋ ਗਿਆ ਤਾਂ ਗਨ ਕਲਚਰ ਦੇ ਬਣਾਓ ਤੇ ਮਤਲਬ ਇਹ ਨਹੀਂ ਗਨ ਕਲਚਰ ਵੀ ਇੱਕ ਵਿਸ਼ਾ ਜਿਉਂ ਤੇ ਗਾਣਾ ਆਂਦਾ ਕੋਈ ਉਹ ਵੀ ਨਹੀਂ ਵੀ ਹਾਂ ਇੱਕ ਆਪਾਂ ਇੱਕ ਲਾਈਨ ਕਰਾਸ ਨਾ ਕਰੀਏ ਹੈਨਾ ਹਰ ਹਰ ਵਿਸ਼ੇ ਤੇ ਗਾਣਾ ਜ਼ਰੂਰ ਹੋਣਾ ਚਾਹੀਦਾ ਕਿਉਂਕਿ ਜੇ ਆਪਾਂ ਕੋਈ ਕਹਾਣੀ ਲਿਖਦੇ ਆਂ ਜੇ ਕਹਾਣੀ 'ਚ ਆਪਾਂ ਕੱਲ ਨੂੰ ਕਹੇ ਵੀ ਯਾਰ ਡਾਕੂ ਐਗਜ਼ਿਸਟ ਹੀ ਨਹੀਂ ਕਰਦੇ ਹੈਨਾ ਵੀ ਆਪਾਂ ਨੂੰ ਇੱਕ ਲਾਈਨ ਆਪਾਂ ਦਿਖਾ ਕਿਵੇਂ ਰਹੇ ਆਪਾਂ ਉਹਨੂੰ ਪ੍ਰੈਜ਼ੈਂਟ ਕਿਵੇਂ ਕਰ ਰਹੇ ਆ ਉਹਦਾ ਉਹਦਾ ਮਾੜਾ ਅਸਰ ਨਾ ਹੋਵੇ بس ਉਹ ਲਾਈਨ ਨਾ ਕ੍ਰਾਸ ਹੋਵੇ ਤੇ ਵਿਸ਼ਾ ਦਾ ਹਰ ਬਾਕੀ ਗਾਣੇ ਤੁਸੀਂ ਲਾ ਲਓ ਹੁਣ ਸਰਤਾਜ ਭਾਈ ਦੇ ਵੀ ਗਾਣੇ ਆਂਦੇ ਆ ਉਹ ਵੀ ਉਹਨਾਂ ਨੂੰ ਪੂਰਾ ਹੰਗਾਰਾ ਮਿਲਦਾ ਹਾਂਜੀ 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 ਤਾਂ ਉਹ ਜੇ ਵੀ ਬਹੁਤ ਹੋਰ ਵੀ ਬੜੇ ਆਰਟਿਸਟ ਨੇ ਜਿਨ੍ਹਾਂ ਦਾ ਸਿਰਫ ਇਹ ਕਿਉਂਕਿ ਕੰਟੈਂਟ ਅੱਜ ਕੱਲ ਇੰਨਾ ਜ਼ਿਆਦਾ ਹੋ ਗਿਆ ਵੀ ਕਈ ਵਾਰੀ ਕੋਈ ਨਈ ਇੰਨਾ ਲੋਕਾਂ ਨੂੰ ਪਤਾ ਚੱਲਦਾ ਕਿਸੇ ਬਾਰੇ ਪਰ ਹਰ ਚੀਜ਼ ਤੇ ਗਾਣੇ ਬਣ ਰਹੇ ਆ ਇਕੱਲੇ ਗਨ ਕਲਚਰ ਤੇ ਨਹੀਂ ਸਾਰੀਆਂ ਚੀਜ਼ਾਂ ਦੇ ਗਾਣੇ ਬਣਦੇ ਆ ਮੈਮ ਸੋ ਤੁਹਾਡੇ ਫੈਨਸ ਬਹੁਤ ਉਡੀਕ ਕਰ ਰਹੇ ਸੀ ਕੀ ਮੈਸੇਜ ਦੇਣਾ ਚਾਹੋਗੇ ਉਹਨਾਂ ਨੂੰ ਮੈਮ ਪਹਿਲਾਂ ਤਾਂ ਮੈਂ ਉਹਨਾਂ ਦਾ ਬਹੁਤ ਬਹੁਤ ਥ ਇੰਨੀ ਵੇਟ ਕੀਤੀ ਇੰਨੇ ਮੈਸੇजेस ਆਉਂਦੇ ਰਹੇ ਹਮੇਸ਼ਾ ਤੇ ਉਸ ਤੋਂ ਬਾਅਦ ਗਾਣਾ ਰਿਲੀਜ਼ ਹੋਣ ਤੋਂ ਬਾਅਦ ਇੰਨਾ ਪਿਆਰ ਉਹਨਾਂ ਨੇ ਮੈਨੂੰ ਦਿੱਤਾ ਤੇ ਉਹਨਾਂ ਦਾ ਬਹੁਤ ਥੈਂਕਫੁਲ ਹਾਂ ਤੇ ਅੱਗੇ ਹੁਣ ਬਸ ਉਹਨਾਂ ਨੂੰ ਇਹੀ ਮੈਂ ਕਹੂੰਗਾ ਵੀ ਹੁਣ ਮੈਂ ਵੇਟ ਨਹੀਂ ਕਰਾਂਦਾ ਉਹਨਾਂ ਨੂੰ ਮੇਰੇ ਹੁਣ ਮੈਨੂੰ ਅਪਲੋਡ ਬਟਨ ਲੱਗ ਗਿਆ ਮੇਰੀ ਲਾਈਫ 'ਚ ਗੁੰਮ ਗਿਆ ਸੀ ਅਪਲੋਡ ਬਟਨ ਉਹ ਅਪਲੋਡ ਬਟਨ ਲੱਗ ਗਿਆ ਹੁਣ ਅਪਲੋਡ ਕਰਾਂਗੇ ਬਾਰ-ਬਾਰ ਮਤਲਬ ਫਾਰਮ 'ਚ ਆ ਗਏ ਹੁਣ ਜਲਦੀ ਆਉਂਗੇ ਵਾਪਸ ਹੁਣ ਫੇਰ ਅਗਲੇ ਗਾਣੇ ਨਾਲ ਹਾਂਜੀ ਹਾਂਜੀ ਬਾਈ ਗੋਡਸ ਗ੍ਰੇਸ ਹੁਣ ਹੁਣ ਫਾਰਮ 'ਚ ਹੀ ਉਹ ਉਮੀਦ ਕਰਦੇ ਹਾਂ ਸਰ ਤੁਹਾਡਾ ਗਾਣਾ ਬਹੁਤ ਅੱਛਾ ਚੱਲੇ 1 ਮਿਲੀਅਨ ਆਲਰੇਡੀ ਕਰਾਸ ਕਰ ਚੁੱਕਿਆ ਹੈ ਤੇ ਹੋਰ ਵੀਊ ਚਾਹੀਏ ਚੋਵੇ ਬਾਲੀਵੁੱਡ ਦੀ ਹੋਰ ਬਾਲੀਵੁੱਡ ਤੇ ਪੰਜਾਬੀ ਇੰਡਸਟਰੀ ਦੀ ਹੋਰ ਖਬਰਾਂ ਲਈ ਜੁੜੇ ਰਹੋ ધ ਫੈਕਟ ਨਿਊਜ਼ ਬਾਲੀਵੁੱਡ ਚਿੰਗਾਰੀ ਹਾਕ ਤੇ ਸਸਤੀ ਖਬਰ ਲਈ ਲਾਈਕ ਤੇ ਸਬਸਕ੍ਰਾਈਬ ਕਰੋ ਪੰਜਾਬ ਦਾ ਨੰਬਰ 1 ਡਿਜੀਟਲ ਚੈਨਲ ਫੈਕਟ ਨਿਊਜ਼